ਸੱਚੇ ਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬਲੇਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਛੱਲੀਆਂ ਵੇਚਣ ਵਾਲੇ ਨੂੰ ਕਾਂਗਰਸ ਪਾਰਟੀ ਵਿੱਚ ਲੈ ਲਾਵਾਂਗੇ ਪਰ ਕੈਪਟਨ ਨੂੰ ਨਹੀਂ ਕਿਹਾ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵਿਦਿਆਰਥੀਆਂ ਨੇ ਪੀਏਯੂ ਪ੍ਰਸ਼ਾਸਨ ਖਿਲਾਫ ਖੋਲਿਆ ਮੋਰਚਾ ਫਾਜ਼ਿਲਕਾ ਵਿੱਚ ਥੱਪੜ ਮਾਰਨ ਵਾਲਾ ਅਧਿਆਪਕ ਮੋਤਲ ਪ੍ਰਧਾਨ ਬੰਦਿਆਂ ਹੀ ਜਥੇਦਾਰ ਆਸੰਦ ਨੇ ਦਾदूवाल ਤੇ ਤਮੀਜ਼ਾਂ ਨੂੰ ਦਿੱਤੀ ਕਲੀਨ ਚਿੱਟ ਤੇ ਬਠਿੰਡਾ ਵਿੱਚ ਥਾਣੇਦਾਰ ਦੀ ਭੇਤਪਰੀ ਹਾਲਤ ਵਿੱਚ ਗੋਲੀ ਲੱਗਣ ਕਾਰਨ ਮੌਤ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰਤ ਕੁਛ ਹੋਰ ਅਹਿਮ ਖਬਰਾਂ ਕਾਂਗਰਸ ਵੱਲੋਂ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਰੱਖੇ ਗਏ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਪਹੁੰਚੇ ਜਿਨ੍ਹਾਂ ਵੱਲੋਂ ਇੱਕ ਨਿੱਜੀ ਪੈਲੈਸ ਵਿੱਚ ਕਾਂਗਰਸ ਦੇ ਅਹੁਦੇਦਾਰਾਂ ਤੇ ਵਰਕਰਾਂ ਦੇ ਰੱਖੇ ਇਕੱਠ ਦੌਰਾਨ ਚਰਚਾ ਪੰਜਾਬ ਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਨਸ਼ਿਆਂ ਤੇ ਗੱਲਬਾਤ ਕਰਦਿਆਂ ਰਾਜਾਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਇਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਤੇ ਵਿਧਾਨ ਸਭਾ ਵਿੱਚ 4 ਦਿਨ ਦਾ ਸੈਸ਼ਨ ਰੱਖ ਕੇ ਚਰਚਾ ਕਰਵਾਉਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਨਐਸਯੂਆਈ ਦੇ ਆਗੂ ਦੀ ਹੋਈ ਜਿੱਤ ਤੇ ਖੁਸ਼ੀ ਪ੍ਰਗਟ ਕਰਦੇ ਆਮੜਿੰਗ ਨੇ ਕਿਹਾ ਕਿ ਉੱਥੇ ਆਪ ਭਾਜਪਾ ਤੇ ਅਕਾਲੀ ਦਲ ਦਾ ਕਿਸੇ ਵੀ ਸੀਟ ਤੇ ਖਾਤਾ ਵੀ ਨਹੀਂ ਖੁੱਲਿਆ ਅੱਜ ਉਸ ਤੋਂ ਜਾਪਦਾ ਹੈ ਕਿ ਨੌਜਵਾਨ ਵਰਗ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਨਾਲ ਹੈ ਐਸਨਾਲੀਓ ਨਾ ਕਿ ਆ ਕਿ ਭਾਜਪਾ ਸਾਡੇ ਇੰਡੀਆ ਗੱਠ ਜੋੜ ਤੋਂ ਡਰ ਚੁੱਕੀ ਹੈ ਉਹਨਾਂ ਕਿ ਆ ਕਿ ਸਾਡੇ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ ਹੀ ਭਾਰਤ ਜੋੜੋ ਯਾਤਰਾ ਦੌਰਾਨ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਡੀਆ ਗੱਠ ਜੋੜ ਤੋਂ ਬਾਅਦ ਹੁਣ ਇੰਡੀਆ ਦੀ ਥਾਂ ਭਾਰਤ ਸ਼ਬਦ ਵਰਤਿਆ ਜਾ ਰਿਹਾ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਸੋਨੀਆ ਗਾਂਧੀ ਦੇ ਨਾਲ ਕੀਤੀ ਮੁਲਾਕਾਤ ਤੇ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਸਾਹਿਬ ਹੁਣ ਚਾਹੇ ਕਿਸੇ ਨਾਲ ਵੀ ਮੇਲ ਲੈਣ ਪਰ ਕਾਂਗਰਸ ਵਿੱਚੋਂ ਨਾਲ ਲਈ ਰਾਹ ਮੁਕੰਮਲ ਬੰਦ ਹੋ ਚੁੱਕਾ ਹੈ ਅਸੀਂ ਕਿਸੇ ਛੱਲੀਆਂ ਵੇਚਣ ਵਾਲੇ ਜਾਂ ਆਮ ਵਿਅਕਤੀ ਨੂੰ ਪਾਰਟੀ ਵਿੱਚ ਲੈ ਲਾਂਗੇ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਚਾਹੇ ਕੈਪਟਨ ਸਾਹਿਬ ਇੱਛਾ ਰੱਖਦੇ ਹੋਣ ਕਾਂਗਰਸ ਪਾਰਟੀ ਚੋਂ ਪਰ ਹੁਣ ਇਹ ਦਰਵਾਜ਼ੇ ਉਹਨਾਂ ਵਾਸਤੇ ਮੁਕੰਮਲ ਬੰਦ ਹੋ ਚੁੱਕੇ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਔਰ ਕਾਂਗਰਸ ਪਾਰਟੀ ਚਾਹੇਗੀ ਠੀਕ ਹੈ ਸਰ ਕੋਈ ਛੱਲੀਆਂ ਵਿੱਚ ਨਾਲਾ ਸਾਡਾ ਭਰਾ ਕਾਂਗਰਸ ਪਾਰਟੀ ਨਾਲ ਜੁੜੇ ਮੈਂ ਉਹਨੂੰ ਜਾ ਕੇ ਸਿਰ ਝੁਕਾ ਕੇ ਮੈਂ ਤੇ ਹਰਦੀਾਲ ਕੰਬੋਜੀ ਮਿੰਤ ਕਰਕੇ ਲੈ ਕੇ ਆਵਾਂਗੀ ਕਿਉਂਕਿ ਜਿਹੜੀ ਉਹੀ ਸੈਂਸੇਰਿਟੀ ਹੋਊਗੀ ਛੱਲੀਆਂ ਵਿੱਚ ਨਾਲੇ ਦੀ ਉਹ ਇਹਨਾਂ ਸਰਮਾਇਦਾਰ ਤੇ ਇਹਨਾਂ ਕਾਂਗਰਸ ਪਾਰਟੀ ਨੂੰ ਲੁੱਟਣ ਵਾਲਿਆਂ ਤੋਂ ਵੱਧ ਹੋਏਗੀ ਸੋ ਅਸੀਂ ਕਾਂਗਰਸ ਪਾਰਟੀ ਵਾਸਤੇ ਦਰਵਾਜ਼ੇ ਖੁੱਲੇ ਆ لیکن ਜੇ ਕੋਈ ਛਲੀਆਂ ਵਾਲਾ ਭਰਾ ਵੀ ਆਵੇਗਾ ਅਸੀਂ ਉਹਨੂੰ ਹੱਥ ਜੋੜ ਕੇ ਪੂਰੇ ਪੈਰ ਧੋ ਕੇ ਉਹਨੂੰ ਵਾਪਸ ਲੈ ਕੇ ਆਵਾਂਗੇ ਲੈਵਾਂਗੇ ਲੇਕਿਨ ਇਹੋ ਜੇ ਲੋ ਕਰਨਗੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪੀਏਯੂ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਉਹਨਾਂ ਕਹਿੰਦੇ ਕਿ ਪਿਛਲੇ ਦਿਨੀ ਇੱਕ ਵਿਦਿਆਰਥਣ ਦੇ ਨਾਲ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਗਵਰਨਰ ਨੂੰ ਵੀ ਇੱਕ ਗੁਪਤ ਚਿੱਠੀ ਲਿਖੀ ਗਈ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੋਸ਼ੀ ਪ੍ਰੋਫੈਸਰ ਦੇ ਖਿਲਾਫ ਕਾਰਵਾਈ ਕੀਤੀ ਗਈ ਪਰ ਉਹ ਉਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਉਹਨਾਂ ਕਹਿੰਦੇ ਕਿ ਕਾਰਵਾਈ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਤੋਂ ਪ੍ਰਸ਼ਾਸਨ ਖਿਲਾਫ ਪੱਕਾ ਮੋਰਚਾ ਲਗਾਇਆ ਗਿਆ ਹੈ ਮੇਰਾ ਨਾਮ ਸਾਹਿਬ ਹਮਦੀਪ ਸਿੰਘ ਬਰਾੜ ਮੈਂ ਪੀਏਜੀ ਦਾ ਵਿਦਿਆਰਥੀ ਮੈਂ ਇਥੇ ਮਾਸਟਰਸ ਕਰ ਰਿਹਾ ਹਾਂ ਇਕਨੋਮਿਕਸ ਦੇ ਵਿੱਚ ਕੀ ਮੰਗਾਂ ਮੰਗਾਂ ਸਾਡੀਆਂ ਸਾਫ ਸਭ ਤੋਂ ਪਹਿਲੀ ਮੰਗ ਸਾਡੀ ਹੈ ਕਿ ਹਰਾਸਮੈਂਟ ਨੂੰ ਲੈ ਕੇ ਜਿਹੜਾ ਸੈਕਸ਼ੂਅਲ ਹਰਾਸਮੈਂਟ ਵਾਲਾ ਮੁੱਦਾ ਚੱਲਿਆ ਸੀਗਾ ਹਨਾ ਉਹਦੀ ਕੋਈ ਹੱਲ ਨਹੀਂ ਹੋ ਰਿਹਾ ਇੱਥੇ ਕੋਈ ਉਸ ਚੀਜ਼ ਦੀ ਸੁਣਵਾਈ ਨਹੀਂ ਹੋ ਰਹੀ ਜਿਹੜੀ UGC ਦੀ ਗਾਈਡਲਾਈਨਸ ਦੇ ਹਿਸਾਬ ਨਾਲ ਇਹਨਾਂ ਨੇ ਯੂਨੀਵਰਸਿਟੀ ਵੱਲੋਂ ਨਵੀਂ ਕਮੇਟੀ ਗਠਿਤ ਕੀਤੀ ਗਈ ਆ ਉਹਦੇ ਵਿੱਚ ਜਿਹੜੇ ਤਿੰਨ ਵਿਦਿਆਰਥੀ ਪਾਏ ਗਏ ਆ ਸਭ ਤੋਂ ਪਹਿਲੀ ਗੱਲ ਇਹ ਸਾਡੀ ਉਹ ਕਿਸੇ ਤੋਂ ਪੁੱਛਿਆ ਨਹੀਂ ਗਿਆ ਸਾਡੇ ਤੋਂ ਵੀ ਕੌਣ ਆ ਕਿਸੇ ਨੂੰ ਪੁੱਛਿਆ ਹੋਵੇ ਵਿਦਿਆਰਥੀ ਨੂੰ ਵੀ ਹਾਂ ਕੌਣ ਇਸ ਚੀਜ਼ ਵਿੱਚ ਹਿੱਸਾ ਲੈਣਾ ਚਾਹੁੰਦਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਜਿਹੜੇ ਇਹਨਾਂ ਦੇ ਫੇਵਰ ਵਾਲੇ ਇਹਨਾਂ ਨੂੰ ਆਪ ਦੇ ਵਿਦਿਆਰਥੀ ਲੱਗਦੇ ਸੀਗੇ ਇਹਨਾਂ ਨੇ ਉਹ ਵਿਦ ਇਹ ਟੈਕ ਬੋਰਡ ਬੰਨਣਾ ਚਾਹੀਦਾ ਸਟੂਡੈਂਟਸ ਲਈ ਜਿਹਦੇ ਵਿੱਚ ਸਟੂਡੈਂਟਸ ਹੋਣ ਅਥਾਰਟੀ ਹੋਵੇ ਐਗਰੀਕਲਚਰ ਮਿਨਿਸਟਰੀ ਦੇ ਨੁਮਾਇੰਦੇ ਹੋਣ ਜਿਹਦੇ ਕਰਕੇ ਸਾਨੂੰ ਧਰਨਾ ਤੇ ਨਾ ਬੈਠਣਾ ਪਵੇ ਸਾਡੀਆਂ ਮੰਗਾਂ ਕਨਵਰਸੇਸ਼ਨ ਨਾਲ ਹੱਲ ਹੋਣ ਅੱਛਾ ਹਾਂ ਤੁਸੀਂ ਇਹਨੂੰ ਇੱਥੇ ਸਮਝ ਲਈ ਧਰਨੇ ਦੇ ਬਾਰੇ ਅਣ ਮਿੱਥੇ ਸਮੇ ਲਈ ਸਾਹਿਬ ਦਿਨ ਰਾਤ ਦਾ ਧਰਨਾ ਅਣ ਮਿੱਥੇ ਸਮੇ ਲਈ ਹੀ ਸੀ ਬੈਠੇ ਆ ਅਬੋਹਰਦੀ ਟਾਣੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਨੂੰ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੇ ਈਟੀਟੀ ਅਧਿਆਪਕ ਰਾਕੇਸ਼ ਨਾਰੰਗ ਨੂੰ ਮੁਅਤਤਲ ਕਰ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਵੱਲੋਂ ਜਾਰੀ ਹੁਕਮਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਟਾਣੀ ਜੀਤਾ ਸਿੰਘ ਦੇ ਅਧਿਆਪਕ ਰਾਕੇਸ਼ ਨਾਰੰਗ ਤੇ ਅਣਮਨੁੱਖੀ ਵਤੀਰਾ ਅਪਣਾਉਣ ਤੇ ਡਿਊਟੀ ਵਿੱਚ ਕੁਤਾਹੀ ਵਰਤਣ ਕਾਰਨ ਤੁਰੰਤ ਮੁਅਤਲ ਕੀਤਾ ਗਿਆ ਉਧਰ ਢਾਣੀ ਕੜਾਕਾ ਸਿੰਘ ਦੇ ਤੀਜੀ ਜਮਾਤ ਦੇ ਬੱਚੇ ਦੇ ਪਿਤਾ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਬੱਚਾ ਨਾ ਤਾਂ ਘਰ ਵਿੱਚ ਕਿਸੇ ਦੀ ਗੱਲ ਮੰਨਦਾ ਏ ਤੇ ਨਾ ਹੀ ਸਕੂਲ ਦਾ ਕੰਮ ਕਰਦਾ ਏ ਇੱਥੋਂ ਤੱਕ ਕਿ ਉਹ ਘਰ ਵਿੱਚ ਸਾਰਿਆਂ ਨੂੰ ਗਾਲਾਂ ਕੱਢਦਾ ਰਹਿੰਦਾ ਏ ਬੱਚੇ ਨੂੰ ਸੁਧਾਰਨ ਲਈ ਉਸ ਨੇ ਸਕੂਲ ਮਾਸਟਰ ਨੂੰ ਸ਼ਿਕਾਇਤ ਕੀਤੀ ਸੀ ਅਧਿਆਪਕ ਨੇ ਬੱਚੇ ਨੂੰ ਉਸ ਦੇ ਸਾਹਮਣੇ ਹੀ ਥੱਪੜ ਮਾਰਿਆ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ ਇਸ ਦੀ ਫੜਤਾਲ ਕੀਤੀ ਜਾ ਰਹੀ ਹੈ ਤੇ ਜਿਹੜੀ ਵੀ ਰਿਪੋਰਟ ਆ ਉਹ ਅਧਿਕਾਰੀਆਂ ਨੂੰ ਭੋਜ ਦਿੱਤੀ ਉਹ ਪਹੁੰਚਾ ਦਿੱਤੇ ਜਾਊਗੇ ਤੇ ਪੰਡਿਤ ਦੀ ਕਾਰਵਾਈ ਹੈ ਜਿਹੜੀ ਉਹ ਸਬੰਧਤ ਪੁਪਿੰਦਰ ਸਿੰਘ ਆਸੰਦ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਬੁੱਧਵਾਰ ਨੂੰ ਹਰਿਆਣਾ ਸਰਕਾਰ ਨੇ ਇਹ ਫੈਸਲਾ ਕਮੇਟੀ ਦੇ ਤਤਕਾਲੀ ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਤਮੀਜਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਲਿਆ। ਇਸੇ ਨਾਲ ਹੀ ਨਾਮਯੁਕਤ ਪ੍ਰਧਾਨ ਜਥੇਦਾਰ ਪੁਪਿੰਦਰ ਸਿੰਘ ਆਸੰਦ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਸਾਬਕਾ ਜਨਰਲ ਸਕੱਤਰ ਗੁਰਿੰਦਰ ਸਿੰਘ ਤਮੀਜਾ ਨੂੰ ਕਲੀਨ ਚਿੱਟ ਦੇ ਦਿੰਦਿਆਂ ਕਿਹਾ कि ਇਹਨਾਂ ਵਿਰੋਧ ਘਟਾਲਿਆਂ ਦੇ ਲੱਗੇ ਦੋਸ਼ਾਂ ਦੀ ਜਾਂਚ ਨਹੀਂ ਕਰਵਾਈ ਜਾਏਗੀ। ਉਹਨਾਂ ਇਸ ਨੂੰ ਗੁਰੂ ਸਾਹਿਬ ਦਾ ਆਸ਼ੀਰਵਾਦ ਦੱਸਿਆ ਕਿ ਹਰਿਆਣਾ ਸਰਕਾਰ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਇਮਾਨਦਾਰੀ ਤੇ ਗੁਰਮਤ ਮਰਿਆਦਾ ਅਨੁਸਾਰ ਨਿਭਾਉਣਗੇ। ਬਠਿੰਡਾ ਦੇ ਮਾਲਟਾਊਨ ਫੇਜ਼ 1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਥਾਣੇਦਾਰ ਦੀ লাশ ਉਸ ਦੀ ਕਾਰ ਵਿੱਚੋਂ ਬਰਾਮਦ ਹੋਈ। ਪੁਲਿਸ ਅਜੇ ਜਾਂਚ ਕਰ ਰਹੀ ਹੈ ਕਿ ਹਾਦਸਾ ਸੀ ਜਾਂ ਖੁਦਕੁਸ਼ੀ। ਮ੍ਰਿਤਕ ਥਾਣੇਦਾਰ ਦੀ ਪਛਾਣ ਰਣਦੀਰ ਸਿੰਘ ਪੁੱਲਰ ਵਜੋਂ ਹੋਈ ਹੈ ਜੋ ਇਸ ਸਮੇਂ ਜਗਰਾਉ ਵਿਖੇ ਤਨਾਦਸੀ ਘਟਨਾ ਤੋਂ ਬਾਅਦ ਇਲਾਕੇ ਨੂੰ ਅਲਰਟ ਕਰ ਦਿੱਤਾ ਗਿਆ ਤੇ ਬਠਿੰਡਾ ਪੁਲਿਸ ਜਾਂਚ ਲਈ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅ ਦੇਖੋ ਇਹਦੇ ਵਿੱਚ ਇੰਸਪੈਕਟਰ ਸਾਹਿਬ ਹੈਗੇ ਆ ਇੰਸਪੈਕਟਰ ਰਦੀਪ ਜੀ ਇਹਨਾਂ ਦੀ ਡੈਡ ਬੋਡੀ ਸਾਨੂੰ ਮਿਲੀ ਹੈ ਸੋ ਅਸੀਂ ਮੌਕੇ ਤੇ ਆਏ ਹਾਂ ਬਾਕੀ ਅਸੀਂ ਮੌਕੇ ਦਾ ਜਿਹੜਾ ਹੈਗਾ ਜੋ ਮੌਇਨਾ ਕਰਕੇ ਤੇ ਡੈਡ ਬੋਡੀ ਕਬਜ਼ੇ ਚ ਲੈ ਕੇ ਜੋ ਅਗਲੀ ਬੰਦੀ ਕਾਰਵਾਈ ਹੈ ਉਹ ਵੀ ਸਰਦੋਲੋ ਕੀਤੀ ਜਾ ਰਹੀ ਹੈ ਸਰ ਐਕਸੀਡੈਂਟਲ ਹੋਇਆ ਜਾਂ ਕੀ ਲੱਗ ਰਿਹਾ ਤੁਹਾਨੂੰ ਦੇਖੋ ਇਹ ਤਾਂ ਅਸੀਂ ਜਸਟ ਜੇ ਮੌਕੇ ਤੇ ਆਏ ਹਾਂ ਮੌਕੇ ਦੇ ਹਾਲਾਤ ਸਾਰੇ ਦੇਖ ਕੇ ਫਰੈਂਸਿਕ ਟੀਮ ਅਸੀਂ ਮੌਕੇ ਤੇ ਬੁਲਾਈ ਹੈ ਸੋ ਸਾਰੇ ਪਹਿਲੋਂ ਜਾਂਚ ਕਰਕੇ ਅਸੀਂ ਕਿਸੇ ਕੰਕਲੂਜਨ ਤੇ ਪਹੁੰਚ ਪਾਵਾਂਗੇ ਸਰ ਆਖੀਤੀ ਸਰ ਗੱਡੀ ਚੁੱਕੀ ਬਰਾਮਦ ਹੋਇਆ ਜੀ ਉਹਨਾਂ ਦੇ ਗੋਲੀ ਮਾਰੀ ਆ ਜਾਂ ਕਿਸ ਤਰ੍ਹਾਂ ਅ ਦੇਖੋ ਫਸਟ ਦੇਖਣ ਤੋਂ ਤਾਂ ਲੱਗ ਰਿਹਾ ਵੀ ਜਿਹੜੀ ਹੈਗੀ ਬੁਲਟ ਇੰਜਰੀ ਹੈਗੀ ਸੋ ਬਾਕੀ ਜਿਹੜੇ ਹੈਗੇ ਨੇ ਸਾਰੇ ਪਹਿਲੋਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਫਰਦਰ ਜਿਹੜੀ ਹੈਗੀ ਹੈ ਸੇਬ ਜੋ ਸਤਨਾਥ ਕਿੱਥੇ ਸੀ ਪਤਾ ਲੱਗਿਆ ਇਹਨਾਂ ਦੇ ਜਗਰਾਉਂ ਦੇ ਵਿੱਚ ਪੋਸਟਿੰਗ ਸੀਗੀ ਰੀਸੈਂਟ ਜੀ ਇੱਥੇ ਸਰ ਕਿੱਥੇ ਆਏ ਹੋ ਸਰ ਇੱਥੇ ਨਾ ਰੈਸ਼ਾ ਜੀ ਇੱਥੇ ਰਹਿੰਦੇ ਆ ਮੋਟਰ ਟੌਨ ਫੇਸ ਵੱਲ ਦੇ ਵਿੱਚ ਸਰਕਾਰ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਪ੍ਰੀਤਪਾਲ ਸਿੰਘ ਦਾ ਅੱਜ ਦੁਪਹਿਰੇ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਉਹ ਲਗਭਗ 90 ਸਾਲ ਦੇ ਸਨ ਪ੍ਰੋਫੈਸਰ ਕਪੂਰ ਨੇ ਆਪਣਾ ਵਿਦਿਅਕ ਸਫ਼ਰ ਰਾਮਗੜੀਆ ਕਾਲਜ ਫਗਵਾੜਾ ਵਿੱਚ ਪੜਾਉਣ ਤੋਂ ਆਰੰਭਿਆ ਤੇ ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਇਤਿਹਾਸ ਦੇ ਪ੍ਰੋਫੈਸਰ ਬਣੇ। ਉਹ ਗੁਰੂ ਨਾਨਕ ਨਗ ਭਾਰਤ ਕਾਲਜ ਨਰੂੜ ਪਾਸ਼ਟਾ ਤੇ ਜੀਜੀਐਨ ਖਾਲਸਾ ਕਾਲਜ ਲੁਧਿਆਣਾ ਦੇਵੀ ਪ੍ਰਿੰਸੀਪਲ ਰਹੇ। ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਵੀ ਆਪ ਡਾਇਰੈਕਟਰ ਰਹੇ। ਉਹ ਗੁਜਰਾਵਾਲਾ ਗੁਰੂ ਨਾਨਕ ਐਜੂਕੇਸ਼ਨ ਕਾਉਂਸਲ ਲੁਧਿਆਣਾ ਦੇਵੀ ਪ੍ਰਧਾਨ ਰਹੇ। ਪ੍ਰੋਫੈਸਰ ਕਪੂਰ ਦਾ ਅੰਤਿਮ ਸੰਸਕਾਰ 8 ਸਤੰਬਰ ਨੂੰ ਹੀ ਭਾਈ ਰਣਦੀਪ ਸਿੰਘ ਨਗਰ ਸ਼ਮਸ਼ਾਨ ਘਾਟ ਵਿੱਚ ਸ਼ਾਮੀ 5 ਵਜੇ ਹੋਵੇਗਾ। हिमाचल प्रदेश ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਅੱਜ ਕਿਹਾ ਕਿ ਰਾਜ ਹੁਣ ਸੈਲਾਨੀਆਂ ਲਈ ਖੁੱਲ੍ਹਾਏ ਤੇ ਜ਼ਿਆਦਾਤਰ ਸੜਕਾਂ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ। ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੌਨਸੂਨ ਨੇ ਸੈਲਾਨੀਆਂ ਦੇ ਰਾਹ ਵਿੱਚ ਅੜਿੱਕੇ ਪਾਏ ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ। ਰਾਜ ਸਰਕਾਰ ਵੱਲੋਂ ਇਹਨਾਂ ਨੂੰ ਜੰਗੀ ਪੱਧਰ ਤੇ ਬਹਾਲ ਕਰਨ ਦੇ ਯਤਨਾਂ ਨਾਲ ਹੁਣ ਸੈਲਾਨੀ ਰਾਜ ਦੀ ਯਾਤਰਾ ਕਰ ਸਕਦੇ ਨੇ। ਸ਼ਿਮਲਾ ਤੇ ਧਰਮਸ਼ਾਲਾ ਦੀ ਹਵਾਈ ਯਾਤਰਾ ਤੇ ਵੀ ਛੋਟ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸੈਲਾਨੀਆਂ ਨੂੰ ਪ੍ਰੋਸਾ ਦਿੱਤਾ ਕਿ ਰਾਜ ਦੀ ਸੈਰ ਕਰਨੀ ਸੁਰੱਖਿਅਤ ਹੈ। हिमाचल प्रदेश की खूबसूरत वादियाँ यहाँ के पहाड़ और झरने हर व्यक्ति को लुभाते हैं इस बार मानसून के मौसम में भारी बारिश और जगह जगह पर लैंडस्लाइड्स के कारण कई सड़कें बंद हुई है लेकिन राज्य सरकार के प्रयासों से अब लगभग सभी सड़कों को खोल दिया गया है हिमाचल प्रदेश घूमने आने वाले सभी लोगों को मैं विश्वास दिलाना चाहता हूं कि हिमाचल प्रदेश पर्यटकों के लिए पूरी तरह से सुरक्षित है सड़कें खुल चुकी हैं और हिमाचल प्रदेश के लोग सभी पर्यटकों के स्वागत करने को तैयार हैं जय हिंद जय हिमाचल ਗੋਆ ਦੇ ਪੋਰਵਰੀਮ ਵਿੱਚ ਸੁਨਾਮੀ ਚੇਤਾਵਨੀ ਪ੍ਰਣਾਲੀ ਤੋਂ ਸੁਨਾਮੀ ਚੇਤਾਵਨੀ ਵਾਲਾ ਕੁੱਗੂ ਗਲਤੀ ਨਾਲ ਵੱਜ ਗਿਆ ਜਿਸ ਕਾਰਨ ਲੋਕਾਂ ਵਿੱਚ دہشت ਫੈਲ ਗਈ ਸਥਾਨਕ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9 ਵਜੇ ਚੇਤਾਵਨੀ ਕੁੱਗੂ ਵੱਜਣਾ ਸ਼ੁਰੂ ਹੋਇਆ ਜੋ ਕਰੀਬ 20 ਮਿੰਟ ਤੱਕ ਵੱਜਿਆ ਪ੍ਰਸ਼ਾਸਨ ਨੇ ਦੱਸਿਆ ਕਿ ਸਾਇਰਨ ਕਿਸੇ ਤਕਨੀਕੀ ਨੁਕਸ ਕਾਰਨ ਵੱਜਿਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਰਾਜ ਦੇ ਮੰਤਰੀ ਨੇ ਮਾਮਲੇ ਦੀ ਰਿਪੋਰਟ ਵੀ ਤਲਬ ਕਰ ਲਈ ਹੈ ਰਾਸ਼ਟਰੀ ਜਨਤਾ 당ਲ ਦੇ ਨੇਤਾ ਤੇ ਸੰਸਦ ਮੈਂਬਰ ਮਨੋਜ ਚਾਨਕੇ ਹਾਂ ਕਿ ਸੰਗ ਮੁਖੀ ਕੇਂਦਰ ਸਰਕਾਰ ਨੂੰ ਜਾਤੀ ਜਾਨਗਣਨਾ ਕਰਾਉਣ ਲਈ ਸਹਿਮਤ ਹੋਣ ਲਈ ਕਹਿਣ। ਸੰਗ ਦੇ ਮੁਖੀ ਨੇ ਬੁੱਧਵਾਰ ਨੂੰ ਨਾਗਪੁਰ ਵਿੱਚ ਕਿਹਾ ਸੀ ਕਿ ਸਮਾਜ ਵਿੱਚ ਭੇਦਭਾਵ ਮੌਜੂਦ ਹੈ ਤੇ ਜਦੋਂ ਤੱਕ ਅਸਮਾਨਤਾ ਹੈ ਉਦੋਂ ਤੱਕ ਰਾਖਵਾਕਰਨ ਜਾਰੀ ਰਹਿਣਾ ਚਾਹੀਦਾ ਹੈ। ਆਰਐਸਐਸ ਸੰਵਿਧਾਨ ਵਿੱਚ ਦਿੱਤੇ ਗਏ ਰਾਖਵੇਂਕਰਨ ਨੂੰ ਪੂਰਾ ਸਮਰਥਨ ਦਿੰਦੇ ਨੇ। आरजेडी नेता ने, ने कह के आरएसएस मुखी को सरकार ਨੂੰ ಜಾਤੀ جانਗਣਨਾ ਕਰਵਾਉਣ ਲਈ ਕਹਿਣਾ ਚਾਹੀਦਾ ਹੈ ਸਰਕਾਰ ਨੂੰ ਕਹੋ ਕਿ ಜಾਤੀ ਜਾਣਗਣਨਾ ਲਈ ਸਹਿਮਤ ਹੋ ਜਾਵੇ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਇਹ ਸਭ ਵੋਟਾਂ ਤੇ ਸੁਰਖੀਆਂ ਲੈਣ ਲਈ ਕੀਤਾ ਆਪ ਜੀ ਸੰਸਦ ਸਤਰਿਕਾ ਬੇਸਬਰੀ سے ਇੰਤਜ਼ਾਰ ਰਹਿਤਾ ਹੈ ਲੇਕਿਨ ਜੋ ਸਪੈਸ਼ਲ ਸਤਰ ਬੁਲਾਇਆ ਗਿਆ ਹੈ ਇਸ ਪਰ 소ਨੀਆ ਜੀ ਨੇ ਜੋ ਪੱਤਰ ਲਿਖਾ ਤੋਂ ਪ੍ਰਲਾਦ ਜੋਸੀ ਕਾ ਕਹਿਣਾ ਹੈ ਕਿ ਅਨਾਵਸ਼ਕ ਵਿਵਾਦ ਪੈਦਾ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ ਪ੍ਰਾਵਧਾਨਾਂ ਕੇ ਤਹਿਤੀ ਸਤਰ ਬੁਲਾਇਆ ਗਿਆ ਮੈਂ ਤਾਂ ਸਿੱਧੇ ਕਹਤਾ ਹਾਂ सामान्य सत्र नहीं है ये विशेष सत्र है और आज तक जब भी विशेष सत्र बुलाया गया तो लोगों को पता था कि ये विशेष सत्र क्यों बुलाना पड़ा क्योंकि जो स्कीम है उससे अलग ये सत्र है मैं ये भी जानता हूं कि प्रहलाद जोशी जी को भी नहीं पता है कि सत्र क्यों बुलाया गया पीयूष गोयल जी को भी नहीं क्योंकि ये नई पारदर्शिता है नए भारत की जिसमें दो ही लोग जान रहे हैं प्रधानमंत्री मोदी जी मंत्री अमित शाह जी किसी को नहीं पता है कि सत्र क्यों बुलाया गया है तो ये झूठ मूठ का आप ये जो लूडो खेलने की कोशिश कर रहे हैं कामयाब नहीं होगा आप संसदीय परंपराओं का एक तरह से कत्ल कर रहे हैं का मुख्यमंत्री चरणजीत सिंह चन्नी आज श्री अनंतपुर साहिब से कीरतपुर साहिब विखे वक् वक् धार्मिक स्थान नतमस्तक हुए चन्नी के इस बारे स्थानक कांग्रेसी आगुआ कोई जानकारी नहीं सी ਚਰਨਜੀਤ ਸਿੰਘ ਚੰਨੀ ਸਭ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੱਥਾ ਟੇਕਨ ਪੁਜੇ ਤੇ ਉਸ ਤੋਂ ਪ੍ਰੰਤੋਂ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਵਿਖੇ ਮੱਥਾ ਟੇਕਿਆ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਖਾਲਸਾ ਪੰਥ ਦੇ ਪ੍ਰਗਟ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਾਤਮਸ ਸਖੋਏ पत्रकारਾਂ ਨਾਲ ਗੱਲਬਾਤ ਕਰਦੇ ਹਾਂ ਚੰਨੀ ਨੇ ਕਿਹਾ ਕਿ ਉਹ ਅੱਜ ਵਕ ਵਕ ਧਾਰਮਿਕ ਸਥਾਨਾਂ ਤੇ ਨਾਤਮਸਕ ਹੋਣ ਲਈ ਪੁੱਜੇ ਨੇ ਤੇ ਇਸ ਮੌਕੇ ਉਹ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦੇ ਉਹਨਾਂ ਦਾ ਇਹ ਦੌਰਾ ਬੇਹੱਦ ਸਾਦਾ ਸੀ ਤੇ ਇਸ ਜ਼ੋਰੇ ਬਾਰੇ ਨਾ ਹੀ ਮੀਡੀਆ ਤੇ ਨਾ ਹੀ ਸਥਾਨਕ ਕਾਂਗਰਸੀ ਆਗੂਆਂ ਨੂੰ ਕੋਈ ਜਾਣਕਾਰੀ ਸੀ ਇਸਨਾਲੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਕੁਝ ਹੋ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਆ ਗਿਆ ਦਿਓ ਸਤਿ ਸ਼੍ਰੀ ਅਕਾਲ